ਆ ਦੇਖੋ ਜੀ, ਮਲੋਟ ਤੋਂ ਹਬੋਰ ਨੂੰ ਜਾਂਦਿਆਂ ਕੱਟਿਆਂ ਵਾਲੀ ਪਿੰਡ ਪੱਕੀ ਦੀ ਸਥਿਤੀ ਬੜੀ ਚਿੰਤਾਜਨਕ ਹੋਈ ਪਈ ਹੈ। ਅੱਗੇ ਬੱਲੂਆਣੇ ਤੱਕ ਸਾਰਾ ਮੀਂਹ ਕਰਕੇ ਜਿਹੜਾ ਫਸਲਾਂ ਡੁੱਬ ਗਈਆਂ। ਅਤੇ ਭਰਾਵੋ, ਇੱਕ ਬੇਨਤੀ ਹੈ ਕਿ ਜਿਹੜੇ ਵੀਰਾਂ ਕੋਲ ਕੋਈ ਝੋਨੇ ਦੀ ਪਨੀਰੀ ਹੈ ਅਤੇ ਉਹ ਭਾਈ ਵਾਹਿਓ ਨਾ ਅਤੇ ਨਾ ਹੀ ਵੇਚਿਓ। ਆਹ ਵਿਚਾਰੇ ਮੁੜ ਚੰਗੇ ਘਰਾਂ ਦੇ ਬੰਦੇ ਆ ਜਿਹੜੇ, ਦੇਖ ਲਓ ਸਾਰਿਆਂ ਦਾ ਬੁਰਾ ਹਾਲ ਕਰਤਾ। ਨਰਮਾ ਜਿਹੜਾ ਉਹ ਖਤਮ ਹੋ ਗਿਆ ਅਤੇ ਅੱਗੇ ਤੁਹਾਨੂੰ ਦਿਖਾਈ ਜਾਂਦੇ ਹੋ, ਆਹ ਝੋਨਾ ਡੁੱਬ ਗਿਆ, ਝੋਨੇ ਨੂੰ ਫਿਰ ਲਾਉਣ ਦੀ ਲੋੜ ਪੈਣੀ ਹੈ। ਤਾਂ ਵੀਰੋ ਸ਼ੇਅਰ ਕਰ ਦਿਓ ਜਿੰਨਿਆਂ ਤੋਂ। ਆਹ ਦੇਖੋ ਪੱਠਿਆਂ ਦਾ ਵੀ ਸਥਿਤੀ ਬਾਹਲੀ ਭੈੜੀ। ਆਹ ਦੇਖੋ ਪੱਠੇ ਕਿਵੇਂ ਹੋ ਗਏ, ਪੱਠੇ ਵੀ ਖਤਮ ਹੋ ਗਏ ਆ। ਅਤੇ ਸੋ ਇਹ ਸਥਿਤੀ ਆ ਜੀ, ਪਿੰਡ ਕਬਰ ਵਾਲੇ ਤੋਂ ਲੈ ਕੇ ਕੱਟਿਆਂ ਵਾਲੀ ਤੱਕ ਅਤੇ ਦੂਜੇ ਪਾਸੇ ਪਿੰਡ ਪੱਕੀ ਦੀ ਇਹ ਸਥਿਤੀ ਬਣੀ ਹੋਈ ਆ। ਸਾਰੇ ਵੀਰਾਂ ਨੂੰ ਬੇਨਤੀ ਆ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਭਾਈ ਇੱਕ ਸੁਨੇਹਾ ਲਾ ਦਿਓ ਸਾਰਿਆਂ ਨੂੰ ਕਿ ਜਿੰਨਾ ਵੀਰਾਂ ਕੋਲ ਝੋਨੇ ਦੀ ਪਨੀਰੀ ਹੈ, ਜਿਹੋ ਜੀ ਵੀ ਹੈਗੀ ਹੈ, ਅਤੇ ਭਾਈ ਵੇਚੋ ਨਾ, ਕੋਈ ਇਹਨਾਂ ਭਰਾਵਾਂ ਦੇ ਕੰਮ ਆਜੂਗੀ, ਇੱਥੇ ਪੁੱਜਦੀ ਕਰ ਦਿਓ। ਸੋ ਇਹ ਸਥਿਤੀ ਜਿਹੜੀ ਆ ਬਣੀ ਵੀ ਹੈ। ਆਹ ਪੱਕੀ ਪਿੰਡ ਦਾ ਜਿਹੜਾ ਅਸੀਂ ਹੁਣ ਲੰਘ ਰਹੇ ਹਾਂ ਅੱਡਾ, ਅਤੇ ਇਹ ਪੱਕੀ ਪਿੰਡ ਦੇ ਵਿੱਚ ਆਹ ਦੇਖ ਲਓ, ਆਹ ਸਾਰਾ ਇੱਕ ਪਾਸਾ ਆ, ਇਹ ਤੁਹਾਨੂੰ ਮੈਂ ਜਿਹੜਾ ਦਿਖਾ ਰਿਹਾ ਜੀ। ਅਤੇ ਬਾਕੀ ਦੂਜਾ ਪਾਸਾ ਜਿਹੜਾ ਹੈਗਾ, ਉੱਥੇ ਵੀ ਸਥਿਤੀ ਕੋਈ ਬਾਹਲੀ ਚੰਗੀ ਨਹੀਂ ਹੈਗੀ। ਨਰਮਾ ਅੱਗੇ ਆ, ਨਰਮਾ ਤੁਹਾਨੂੰ ਹੋਇਆ ਦਿਖਾ ਦਿੰਦੇ ਹਾਂ। ਅਤੇ ਆਹ ਦੇਖੋ ਹਾਲ, ਆਹ ਮੂੰਗੀ ਬੀਜੀ ਸੀ, ਮੂੰਗੀ ਡੁੱਬ ਗਈ। ਆਹ ਦੇਖ ਲਓ, ਹੋਏ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਬਾਈ, ਜਿੰਨੀ ਇਹਨਾਂ ਭਰਾਵਾਂ ਦੀ ਆਪਾਂ ਦੇਖੋ, ਇੱਕ ਦੂਜੇ ਦੀ ਬਾਂਹ ਫੜਦਾ। ਸੋ ਇਸ ਕਰਕੇ ਭਾਈ ਜਿੰਨਾ ਹੋ ਸਕਦਾ ਕਰੋ। ਅਤੇ ਆਹ ਤੁਹਾਨੂੰ ਦੂਰ ਦੁਰਾਡੇ ਆ, ਉਹ ਦੇਖੋ ਅੱਜ ਫਿਰ ਮੀਂਹ ਪਿਆ ਇੱਥੇ। ਅਤੇ ਭਰਾਵੋ ਜਿੰਨਾ ਹੋ ਸਕਦਾ ਮਦਦ ਕਰੋ ਭਰਾਵਾਂ ਦੀ। ਸਰਕਾਰਾਂ ਨੇ ਤਾਂ ਇੱਥੇ ਦੇਖੋ ਜਿਹੜੇ ਸੇਮ ਨਾਲੇ ਕੱਢੇ ਆ, ਇਹਨਾਂ ਨੇ ਤਾਂ ਸੰਤਾਪ ਜਿਹੜਾ ਖੜ੍ਹਾ ਕਰਤਾ ਇਹਨਾਂ ਪਿੰਡਾਂ ਦੇ ਲਈ। ਸੋ ਆਹ ਨਰਮਾ ਸਭ ਸਮਝ ਲਓ ਗਿਆ। ਅਤੇ ਆਹ ਦੇਖੋ, ਆਹ ਪੱਕਾ ਸੇਮ ਨਾਲਾ, ਨਹਿਰ ਵਾਂਗੂ ਆ ਸੇਮ ਨਾਲਾ, ਜਿਹੜਾ ਕਿਤੇ ਸੁਣਿਆ ਸੀ ਵੀ ਸੇਮ ਨਾਲਾ। ਉਹ ਦੇਖੋ ਦੇਖੋ ਕੀ ਹਾਲ ਆ ਅੱਗੇ, ਇੱਥੇ ਤਾਂ ਇੱਟਾਂ ਵਾਲੇ ਸੇਮ ਨਾਲੇ ਵੀ ਬਣ ਗਏ, ਦੱਸੋ ਹੈਂ। ਸੋ ਧੰਨਵਾਦ ਭਰਾਵੋ, ਜਿਉਂਦੇ ਵੱਸਦੇ ਰਹੋ। ਰੱਬ ਆਹ ਦਿਨ ਕਿਸੇ ਨੂੰ ਨਾ ਦਿਖਾਵੇ ਜਿਹੜੇ ਇਹਨਾਂ ਭਰਾਵਾਂ ਨੂੰ ਹਰ ਦੂਜੇ ਸਾਲ ਦੇਖਣੇ ਪੈਂਦੇ ਆ। ਪਿਛਲੇ ਸਾਲ ਵੀ ਤੁਹਾਨੂੰ ਯਾਦ ਹੋਊਗਾ, ਇਹਨਾਂ ਪਿੰਡਾਂ 'ਚ ਆ ਕੇ ਮੈਂ ਕਵਰ ਕੀਤੀ ਸੀਗੀ। ਸੋ ਇੱਥੇ ਹੱਲ ਨਿਕਲਦਾ ਸੀ ਉਦੋਂ ਲੋਕਾਂ ਨੇ ਜਿਹੜਾ ਆਪਦੇ ਫਾਇਦੇ ਲਈ ਸੇਮ ਨਾਲਿਆਂ ਦਾ ਹਾਲ ਕੀਤਾ, ਹੁਣ ਉਹਦਾ ਸੰਤਾਪ ਦੂਜੇ ਲੋਕਾਂ ਨੂੰ ਭੁਗਤਣਾ ਪੈਂਦਾ।